हेलो एवरीवन स्वागत है आप सबका साडे YouTube चैनल ते एक बहुत बड़ी वैकेंसी आउट कीती गई है गुरु नानक देव यूनिवर्सिटी अमृतसर ਵੱਲੋਂ फ्रेश नोटिफिकेशन है जनवरी मंथ 2023 ਦਾ کافی ساری ટીਚਿੰਗ ਤੇ ਨਾਨ ટીਚਿੰਗ ਪੋਸਟਾਂ ਜਿਹੜੀਆਂ ਨੇ ਆਊਟ ਕੀਤੀਆਂ ਗਈਆਂ ਨੇ ਯੂਨੀਵਰਸਿਟੀ ਵੱਲੋਂ ਠੀਕ ਹੈ ਜੀ ਸੋ ਜਿਹੜੀ ਤੁਸੀਂ ਜੇਕਰ ਇਹਦੇ ਲਈ ਅਪਲਾਈ ਕਰਨਾ ਚਾਹੁੰਦੇ ਹੋ 11 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਪੋਸਟਾਂ ਦੀ ਹੁਣ ਗੱਲ ਕਰ ਲੈਂਦੇ ਆ ਪੋਸਟਾਂ ਬਹੁਤ ਸਾਰੀਆਂ ਨੇ ਠੀਕ ਹੈ ਜੀ ਡੀਨ ਦੀ ਪੋਸਟ ਹੈ ਪ੍ਰੋਫੈਸਰ ਦੀ ਪੋਸਟ ਹੈ ਅਸੋਸੀਏਟ ਪ੍ਰੋਫੈਸਰ ਦੀਆਂ ਪੋਸਟਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਨਾਲ-ਨਾਲ ਜੀਐਨਡੀ ਯੂ ओरिजिनल ਕੈਂਪਸ ਜਲੰਧਰ ਦੇ ਵਿੱਚ ਵੀ ਇਹ ਪੋਸਟਾਂ ਨੇ ਠੀਕ ਹੈ ਪੋਸਟਾਂ ਦੀ ਗੱਲ ਕਰ ਲਈਏ ਕਾਫੀ ਸਾਰੇ ਪ੍ਰੋਫੈਸਰ ਜਿਵੇਂ ਕਿ ਲਾਸਟ ਦਿਨਾਂ ਰਿਲੇਟਡ ਹਿਸਟਰੀ ਐਗਰੀਕਲਚਰ ਮਾਸ ਕਮਿਊਨੀਕੇਸ਼ਨ ਸੋਸ਼ੀਓਲੋਜੀ ਤੇ ਹੋਰ ਬਹੁਤ ਸਾਰੀਆਂ ਪੋਸਟਾਂ ਨੇ ਤੇ ਇਸ ਸਾਈਟ ਤੇ ਤੁਸੀਂ ਨੰਬਰ ਆਫ ਪੋਸਟ ਚੈੱਕ ਕਰ ਸਕਦੇ ਹੋ ਕਿ ਕਿਹੜੇ-ਕਿਹੜੇ ਸਬਜੈਕਟ ਵਾਸਤੇ ਕਿੰਨੀਆਂ-ਕਿੰਨੀਆਂ ਪੋਸਟਾਂ ਰਿਜ਼ਰਵ ਕੀਤੀਆਂ ਗਈਆਂ ਨੇ उस तो इलावा डायरैक्ट की पोस्ट है, एंड पे स्केल इन्होंने मैनशन किया हो नीचे पे स्केल भी देख सद एक लाख अठारह हज़ार पांच सौ रुपए डायरैक्टर की पोस्ट वास्ते पे स्केल रख्या गया है असिटेंट प्रोफैसर वास्ते सतवंजा हज़ार सात सौ रुपए पे स्केल रख्या गया है ठीक है जी एंडी देख सौ कि कैटागरी वाइज ब्रेकअप किया गया है कि वैकेंसियां केड़ी कैटागरी वास्ते रिजर्व की गई ने सो पोस्टा बहुत सारिया ने जी एंड डी यू कॉलेज जलंधर वास्ते इंगलिश कंप्यूटर सैंस इकनोमिक्स SGTB ਕਾਲਜ ਠਿਆਲਾ ਵਾਸਤੇ ਕੰਪਿਊਟਰ ਸਾਇੰਸ ਪਠਾਨਕੋਟ ਵਾਸਤੇ ਕੰਪਿਊਟਰ ਸਾਇੰਸ ਠੀਕ ਹੈ ਜੀ ਐਂਡ ਉਸ ਤੋਂ ਬਾਅਦ ਅਸਿਸਟੈਂਟ ਪ੍ਰੋਫੈਸਰ ਠੀਕ ਹੈ ਚਾਹੀਦੇ ਹੈ ਸਪੋਰਟਸ ਬਾਇਓ ਕੈਮਿਕਸ ਵਾਸਤੇ ਸਪੋਰਟਸ ਸਾਈਕੋਲੋਜੀ ਵਾਸਤੇ ਥੈਨ ਡਾਇਰੈਕਟਰ ਯੂਥ ਵੈਲਫੇਅਰ ਮੈਡੀਕਲ ਅਫੀਸਰ ਚਾਹੀਦਾ ਹੈ ਕਲਰਕਮ ਜੂਨੀਅਰ ਡਾਟਾ ਐਂਟਰੀ ਆਪਰੇਟਰ ਜਿਨ੍ਹਾਂ ਦਾ ਪੇ ਸਕੇਲ 19900 ਰਹੇਗਾ ਕਲਰਕਮ ਡਾਟਾ ਐਂਟਰੀ ਆਪਰੇਟਰ ਦੀਆਂ ਟੋਟਲ 35 ਵੈਕੈਂਸੀਆਂ ਨੇ ਜਿਹਦੇ ਵਿੱਚ ਜਨਰਲ ਵਾਸਤੇ 15 ਫੀਮੇਲ ਵਾਸਤੇ 7 ਐਂਡ ਇਸ ਤਰ੍ਹਾਂ ਨਾਲ ਇਹਦਾ ਬ੍ਰੇਕਅਪ ਕੀਤਾ ਗਿਆ ਹੈ ਸੋ ਦੈਨ ਲਾਸਟ ਵਿੱਚ 11 ਨੰਬਰ ਤੇ ਸਿਕਿਉਰਿਟੀ ਗਾਰਡ ਦੀ ਵੀ ਪੋਸਟ ਹੈ ਜਿਹਦੇ ਵਿੱਚ 24 ਪੋਸਟਾਂ ਨੇ ਟੋਟਲ ਸਿਕਿਉਰਿਟੀ ਗਾਰਡ ਦੀਆਂ 18000 ਰੁਪਏ ਦੀ ਸੈਲਰੀ ਰਹਿਣ ਵਾਲੀ ਹੈ ਸੋ ਜੇਕਰ ਤੁਸੀਂ ਇਸ ਵੈਕੈਂਸੀ ਦੇ ਲਈ ਅਪਲਾਈ ਕਰਨਾ ਹੈ ਪੋਸਟਾਂ ਬਹੁਤ ਸਾਰੀਆਂ ਨੇ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ 24 ਸਿਕਿਉਰਿਟੀ ਗਾਰਡ ਨੇ ਠੀਕ ਹੈ ਜੀ 35 ਕਲਰਕ ਨੇ ਮੈਡੀਕਲ ਅਫੀਸਰ ਇੱਕ ਹੈ ਡਾਇਰੈਕਟਰ ਯੂਥ ਆਫੀਸਰ ਇੱਕ ਹੈ ਇਸ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਇੱਕ ਇੱਕ ਆਫੀਸਰ ਅਸਿਸਟੈਂਟ ਪ੍ਰੋਫੈਸਰ ਹੋ ਗਏ ਡਾਇਰੈਕਟਰ ਹੈ ਠੀਕ ਹੈ ਜੀ ਸੋ ਪੋਸਟਾਂ ਤੁਸੀਂ ਦੇਖ ਸਕਦੇ ਹੋ ਐਂਡ ਅਪਲਾਈ ਕਰਨ ਵਾਸਤੇ अगेन ਨਵੇਂ ਜਿਹੜੀ ਡੇਟਸ ਨੇ ਉਹ ਮੈਂਸ਼ਨ ਕੀਤੀਆਂ ਹੋਈਆਂ ਨੇ ਤੁਸੀਂ 11 ਜਨਵਰੀ ਤੋਂ ਲੈ ਕੇ 31 ਜਨਵਰੀ ਤੱਕ ਇਹਦੇ ਲਈ ਅਪਲਾਈ ਕਰ ਸਕਦੇ ਹੋ ਹਾਰਡ ਕਾਪੀਜ਼ ਤੁਸੀਂ ਆਪਣੀਆਂ ਸਾਰੇ ਡਾਕੂਮੈਂਟਸ ਦੀਆਂ ਪਹੁੰਚਾਉਣੀਆਂ ਨੇ 7 ਫਰਵਰੀ ਤੋਂ ਪਹਿਲਾਂ ਪਹਿਲਾਂ ਸੋ ਜੇਕਰ ਤੁਸੀਂ ਅਪਲਾਈ ਕਰਨਾ ਚਾਹੁੰਦੇ ਹੋ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੱਸ ਦਮਾ ਇੱਕ ਵਾਰ ਪੂਰਾ ਦਾ ਪੂਰਾ ਐਡਵਰਟਾਈਜ਼ਮੈਂਟ ਤੁਸੀਂ ਡਿਟੇਲ ਦੇ ਵਿੱਚ ਜ਼ਰੂਰ ਪੜ੍ਹ ਲਿਓ ਕਿਉਂਕਿ ਫੇਰ ਵੀਡੀਓ ਲੈਂਥੀ ਹੋ ਜਾਂਦੀ ਹੈ ਤੇ ਫੁੱਲ ਆਪਾਂ ਨਹੀਂ ਡਿਸਕਸ ਕਰ ਪਾਂਦੇ ਠੀਕ ਹੈ ਜੀ ਐਂਡ ਅਗੇਨ ਜਿਹੜੀ ਇੰਪੋਰਟੈਂਟ ਚੀਜ਼ ਹੈ ਕਿ ਜੇਕਰ ਤੁਸੀਂ ਅਪਲਾਈ ਕਰਨਾ ਹੈ ਇਹਨਾਂ ਨੇ ਫੀਸ ਵੀ ਮੈਂਸ਼ਨ ਕੀਤੀ ਹੋਈ ਹੈ ਕਿ ਜੇਕਰ ਤੁਸੀਂ ਇਸ ਨਾ ਪੋਸਟ ਅ ਦੇ ਅਪਲਾਈ ਕਰਨਾ ਹੈ ਤੁਸੀਂ ਜਨਰਲ ਕੈਂਡੀਡੇਟ ਹੋ ਤੁਹਾਡੇ ਲਈ ਕਿੰਨੀ ਫੀਸ ਰਹੇਗੀ ਐਸਸੀ ਐਸਟੀ ਆ ਬੀਸੀ ਹੋ ਤਾਂ ਤੁਹਾਡੇ ਲਈ ਕਿੰਨੀ ਫੀਸ ਰਹੇਗੀ ਇਹ ਇਹਨਾਂ ਨੇ ਮੈਂਸ਼ਨ ਕੀਤਾ ਹੋਇਆ ਹੈ ਸੋ ਤੁਸੀਂ ਜਿਸ ਹੋਸਟਲ ਲਈ ਅਪਲਾਈ ਕਰਨਾ ਹੈ ਉਹਦੇ ਅਕੋਰਡਿੰਗਲੀ ਤੁਹਾਡੇ ਤੋਂ ਡਿਫਰੈਂਟ ਫੀਸ ਜੋ ਹੈ ਉਹ ਚਾਰਜ ਕੀਤੀ ਜਾਵੇਗੀ ਐਂਡ ਅਗੇਨ ਇੱਕ ਹੋਰ ਇੰਪੋਰਟੈਂਟ ਚੀਜ਼ ਕਿ ਨਾ ਨੇ ਆਪਣਾ ਜੋ ਐਡ ਵੈੱਬਸਾਈਟ ਹੈ www.gndu.ac.in ਮੈਂਸ਼ਨ ਕੀਤੀ ਹੈ ਕੋਈ ਵੀ ਐਡਵਰਟਾਈਜ਼ਮੈਂਟ ਜਾਂ ਕੁਝ ਵੀ ਡਾਟਾ ਤੁਹਾਨੂੰ ਚਾਹੀਦਾ ਹੈ ਅਪਡੇਟ ਚਾਹੀਦਾ ਹੈ ਤੁਸੀਂ ਇੱਧਰ ਜਾ ਕੇ ਚੈੱਕ ਕਰ ਸਕਦੇ ਹੋ ਐਂਡ ਇੱਕ ਹੋਰ ਚੀਜ਼ ਨੇ ਨੇ ਮੈਂਸ਼ਨ ਕੀਤੀ ਹੋਈ ਹੈ ਕਿ ਫੁੱਲ ਰੈਗੂਲਰ ਸਕੇਲ ਤੇ ਸਾਰੀਆਂ ਪੋਜੀਸ਼ਨਸ ਫਿਲ ਕੀਤੀਆਂ ਜਾਣਗੀਆਂ ਪੰਜਾਬ ਗਵਰਨਮੈਂਟ ਸਰਕੂਲਰ ਨੰਬਰ ਨੇ ਨੇ ਮੈਂਸ਼ਨ ਕੀਤਾ ਹੋਇਆ ਹੈ ਦੇ ਅੰਡਰ ਇਹ ਸਾਰੀਆਂ ਵੈਕੈਂਸੀਸ ਫਿਲ ਕੀਤੀਆਂ ਜਾਣਗੀਆਂ ਐਂਡ ਸਟਾਰਟਿੰਗ ਦੇ ਵਿੱਚ ਇਨੀਸ਼ੀਅਲ ਪੀਰੀਅਡ ਜੋ ਹੈਗਾ ਉਹ 5 ਸਾਲਾਂ ਦਾ ਰਹੇਗਾ ਥੈਨ ਇੰਪੋਰਟੈਂਟ ਚੀਜ਼ ਨੇ ਨੇ ਮੈਂਸ਼ਨ ਕੀਤਾ ਹੋਇਆ ਹੈ ਕੁਆਲੀਫਿਕੇਸ਼ਨ ਠੀਕ ਹੈ ਜੀ ਜੇਕਰ ਡੀਨ ਵਾਸਤੇ ਅਪਲਾਈ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਪੀ ਐਚ ਡੀ ਦੀ ਡਿਗਰੀ ਹੋਣੀ ਚਾਹੀਦੀ ਹੈ ਐਂਡ ਜੇਕਰ ਤੁਸੀਂ ਪ੍ਰੋਫੈਸਰ ਦੀ ਪੋਸਟ ਵਾਸਤੇ ਅਪਲਾਈ ਕਰਨਾ ਚਾਹੁੰਦੇ ਹੋ ਤੁਹਾਡੇ ਕੋਲ ਜਾਂ ਫਿਰ ਪੀ ਐਚ ਸੀ ਡਿਗਰੀ ਹੋਵੇ ਜਾਂ ਫਿਰ ਤੁਸੀਂ ਯੂ ਜੀ ਸੀ ਜਾਂ ਨੈਟ ਆਪਣਾ ਕਲੀਅਰ ਕੀਤਾ ਹੋਵੇ। ਦੈਨ ਜੋ ਮੈਡੀਕਲ ਆਫੀਸਰ ਹੈ ਉਹਦੇ ਲਈ ਤੁਸੀਂ ਐਮ ਬੀ ਬੀ ਐਸ ਕੀਤੀ ਹੋਵੇ। ਐਂਡ ਜੇਕਰ ਕਲਰਕ ਵਾਸਤੇ ਅਪਲਾਈ ਕਰਨਾ ਚਾਹੁੰਦੇ ਹੋ ਉਹਦੇ ਲਈ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਵੇ ਕੰਪਿਊਟਰ ਸਾਇੰਸ ਦੇ ਵਿੱਚ ਬੀ ਸੀ ਜਾਂ ਬੀ ਐਸ ਸੀ ਕੀਤੀ ਹੋਵੇ ਗ੍ਰੈਜੂਏਸ਼ਨ ਦੇ ਨਾਲ ਪੀ ਜੀ ਡੀ ਸੀ ਕੀਤੀ ਹੋਵੇ ਜਾਂ ਬੀ ਟੈਕ ਜਾਂ ਬੀ ای ਕੀਤੀ ਹੋਵੇ। ਸੋ ਫੁੱਲ ਐਡਵਰਟਾਈਜ਼ਮੈਂਟ ਇੱਕ ਵਾਰ ਤੁਸੀਂ ਜ਼ਰੂਰ ਗੋ ਥਰੂ ਹੋ ਜਾਇਓ ਐਂਡ ਫੁੱਲ ਡਿਟੇਲ ਜ਼ਰੂਰ ਪੜ ਲਿਓ ਐਡਵਰਟਾਈਜ਼ਮੈਂਟ ਤੁਹਾਨੂੰ ਸਾਡਾ ਟੈਲੀਗ੍ਰਾਮ ਚੈਨਲ ਤੇ ਮਿਲ ਜਾਏਗਾ ਜੇਕਰ ਵੀਡੀਓ ਪਸੰਦ ਆਈ ਹੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਹੁਣ ਤੱਕ ਲਈ ਧੰਨਵਾਦ